ਜਿਹੜੋ ਗੱਲ ਕਰਦੇ ਨੇ ਕਿ ਪੰਜਾਬ ਦੋ ਪੰਜਾਬ ਨੇ ਇੱਕ ਪੰਜਾਬ ਬਾਹਰ ਵਸਦਾ ਇੱਕ ਪੰਜਾਬ ਇੱਥੇ ਵਸਦਾ ਕਿਉਂਕਿ ਬਹੁਤ ਸਾਰੇ ਐਨਰਾਈਜ਼ ਨੇ ਉਹਨਾਂ ਨੂੰ ਬੜੀ ਉਮੀਦ ਹੁੰਦੀ ਹੈ ਕਿ ਜਿਹੜੀ ਸਰਕਾਰ ਆਏਗੀ ਨਵੀਂ ਸਾਡ ਲਈ ਕੀ ਕੰਮ ਕਰੇਗੀ ਤੁਹਾਡੀ ਸਰਕਾਰ ਜੇ ਬੰਦੀ ਹੈ ਉਹਨਾਂ ਨੂੰ ਕੀ ਕਿਉਂਕਿ ਇਹ ਇਹੋ ਜਿਹਾ ਤੇ ਇੱਕ ਪ੍ਰੋਬਲਮ ਹੈ ਪੰਡੋਰਾਸ ਬਾਕਸ ਹੈ ਕਿਉਂਕਿ ਬਹੁਤ ਸਾਰੇ ਐਨਆਰਆਈਸ ਨੂੰ ਹੋ ਸਕਦਾ ਤੁਹਾਡੀਆਂ ਪਾਲਿਸੀਜ਼ ਬਹੁਤ ਵਧੀਆ ਨੇ ਉਹ ਇੱਥੇ ਪਹੁੰਚ ਨਹੀਂ ਪਾਉਂਦੀਆਂ ਕਿਉਂਕਿ ਅਕਸਰ ਕਹਿੰਦੇ ਕਿ ਜਲੰਧਰ ਦੇ ਜਿਹੜੇ ਪਾਸਪੋਰਟ ਆਫਿਸ ਦੀ ਲਾਈਨ ਹੈ ਉਹ ਕਈ ਕਿਲੋਮੀਟਰ ਤੱਕ ਹੁੰਦੀ ਹੈ ਇੱਥੇ ਹਰ ਬੰਦਾ ਪਾਸਪੋਰਟ ਬਣਾਉਣਾ ਚਾਹੁੰਦਾ ਅ ਇਹ ਤੇ ਇੱਕ ਜ਼ਰੀਆ ਹੋ ਗਿਆ ਬਾਕੀ ਜਿਹੜੇ ਐਨਆਰਆਈਸ ਨੂੰ ਉਹਦੀਆਂ ਜ਼ਮੀਨਾਂ ਦੱਬੀਆਂ ਜਾਂਦੀਆਂ ਨੇ ਇੱਥੇ ਬੜੀ ਪ੍ਰੋਬਲਮਸ ਆਉਂਦੀਆਂ ਉਸ ਨੂੰ ਲੈ ਕੇ ਤੁਹਾਡੀ ਸਰਕਾਰ ਦੇ ਕੀ ਪਲਾਨਸ ਆ ਐਨਆਰਆਈਸ ਨੂੰ ਕੀ ਸ਼ੋਰ ਕਰਨਾ ਚਾਹੋਗੇ ਦੇਖੋ ਜਿਹੜੇ ਜ਼ਮੀਨਾਂ ਦੱਬੀਆਂ ਜਾਂਦੀਆਂ ਨੇ ਬਾਕੀ ਜਿਹੜੇ ਡਾਕੇ ਪਾਏ ਜਾਂਦੇ ਨੇ ਉਹ ਮੈਨੂੰ ਨਹੀਂ ਲੱਗਦਾ ਉਹ ਐਨਆਰਆਈ ਦੀ ਵੱਖਰੀ ਪ੍ਰੋਬਲਮ ਹੈ ਉਹ ਪ੍ਰੋਬਲਮ ਜਿੰਨੇ ਵੀ ਸੌਕਰ ਬੰਦੇ ਨੇ ਜਿਨ੍ਹਾਂ ਦੇ ਕੋਲ ਵੀ ਥੋੜੇ ਜੇ ਪੈਸਾ ਹੈ ਮਾਲ ਮੋਟਾ ਉਹ ਲੁੱਟਣ ਦਾ ਕੰਮ ਜਿਹੜਾ ਕਰ ਰਹੇ ਨੇ ਉਹਨਾਂ ਨੂੰ ਟਾਈਟ ਕਰਨ ਦੀ ਲੋੜ ਹੈ ਉਹ ਤੇ ਕੋਈ ਵੀ ਹੋਏ ਉਹ ਮੇਰੀ ਵੀ ਜ਼ਮੀਨ ਇੱਥੇ ਹੁੰਦੀ ਤੇ ਉਹਨਾਂ ਨੇ ਉਹ ਵੀ ਖੋ ਲੈਣੀ ਸੀ ਉਹ ਵੀ ਲੁੱਟ ਲੈਣੀ ਸੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਜਿਹੜੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਟਾਈਟ ਕਰ ਦੇਵਾਂਗੇ ਉਹ ਐਨਆਰਆਈ ਹੋਏ ਨਾਨ ਐਨਆਰਆਈ ਹੋਏ ਤੁਸੀਂ ਜ਼ਮੀਨ ਕਿਸੇ ਦੀ ਨਹੀਂ ਖੋ ਸਕਦੇ ਇੰਜ ਗਲਤੀਆਂ ਨਹੀਂ ਕਰ ਸਕਦੇ ਉਹ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ ਤੇ ਬਹੁਤ ਸਾਰਾ ਡਿਪੈਂਡ ਕਰਦਾ ਹੈ ਇੱਥੇ ਪੁਲਿਸ ਵਿਵਸਥਾ 'ਚ ਇਹਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ 'ਚ ਉਹ ਅਸੀਂ ਕੰਮ ਕਰਾਂਗੇ ਤੇ ਉਹ ਬਾਕੀ ਚੀਜ਼ਾਂ ਵੀ ਆਪੇ ਠੀਕ ਹੋਵਾਂਗੇ